ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਵੱਲੋਂ ਸਾਰੀ ਸਾਥ ਸੰਗਤ ਨੂੰ ਪਿਆਰ ਭਰੀ ਸ਼ਾਸਤਰੀਕਲ ਉਮੀਦ ਕਰਦਾ ਹਾਂ ਸਭ ਰਾਜੀ ਖੁਸ਼ੀ ਹੋਗੇ ਸਾਥ ਸੰਗਤ ਜੀ ਕੈਨੇਡਾ ਦੇ ਸਰੀ ਦੇ ਵਿੱਚ ਇੱਕ ਘਰ ਦੇ ਉੱਪਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਇੰਟਰਨੈਟ ਤੇ ਇੱਕ ਬਹੁਤ ਹੀ ਵੱਡੀ افਵਾਹ ਉਡਾਈ ਜਾ ਰਹੀ ਸੀ ਅਤੇ ਇਹ ਕਿਹਾ ਜਾ ਰਿਹਾ ਸੀ ਕਿ ਕਰਨੋਜਲਾ ਦੇ ਘਰ ਦੇ ਉੱਪਰ ਕਰਨੋਜਲਾ ਦੇ ਐਂਟੀ ਗਰੁੱਪ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਸਰੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਮਾਮਲਾ ਤਕਰੀਬਨ ਤਕਰੀਬਨ ਰਾਤ ਦੇ 3 ਵਜੇ ਸਾਹਮਣੇ ਆਉਂਦਾ ਹੈ ਅਤੇ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਕਿ ਇੱਕ ਘਰ ਦੇ ਉੱਪਰ ਭਾਰੀ ਗੋਲੀਬਾਰੀ ਕੀਤੀ ਗਈ ਹੈ ਇਸ ਪੂਰੀ ਘਟਨਾ ਦੇ ਦੌਰਾਨ ਘਰ ਤੋਂ ਇਲਾਵਾ ਉੱਥੇ ਮੌਜੂਦ ਇੱਕ ਕਾਰ ਤੇ ਵੀ ਕਾਫੀ ਜ਼ਿਆਦਾ ਗੋਲੀਆਂ ਚਲਾਈਆਂ ਗਈਆਂ ਸਨ ਪਰ ਇਸ ਪੂਰੀ ਘਟਨਾ ਦੇ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੁੰਦਾ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਇਸ ਪੂਰੀ ਘਟਨਾ ਦੇ ਲਿੰਕ ਪੰਜਾਬੀ ਗਾਇਕ ਕਰਨ ਓਜਰਾ ਨਾਲ ਜੋੜੇ ਜਾ ਰਹੇ ਹਨ ਅਤੇ ਇਹ ਕਿਹਾ ਜਾ ਰਿਹਾ ਸੀ ਕਿ ਕਰਨ ਓਜਰਾ ਦੇ ਘਰ ਦੇ ਉੱਪਰ ਸ਼ੂਟਿੰਗ ਹੋਈ ਸੀ ਇਸੇ ਦੌਰਾਨ ਹੈਰੀ ਚੱਟਾ ਨਾਮ ਦੇ ਗਰੁੱਪ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ ਜਿਸ ਉੱਪਰ ਲਿਖਿਆ ਹੁੰਦਾ ਹੈ ਕਿ ਕਰਨ ਓਜਰਾ ਕਿੰਨੇ ਕਿ ਚਰ ਹਜ਼ਾਰਾਂ ਦੋਸਤਾਂ ਦਾ ਨੁਕਸਾਨ ਕਰਾਈ ਜਾਵੇਗਾ ਸਾਨੂੰ ਤੇਰੀ ਭੈਣ ਦਾ ਘਰ ਵੀ ਪਤਾ ਆ ਤੇ ਤੇਰੀ ਨਾਲ ਦੀ ਦੀ ਬੁਟੀਕ ਦਾ ਵੀ ਪਤਾ ਆ ਪਰ ਅਸੀਂ ਉਹਨਾਂ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਤੇਰਾ ਕੈਨੇਡਾ ਵਿੱਚ ਹੀ ਅਸੀਂ ਆਹ ਹਾਲ ਕਰ ਦਿੱਤਾ ਜਦੋਂ ਯੂਰਪ ਦਾ ਟੂਰ ਕਰੇਗਾ ਦੇਖ ਲੇਗਾ ਤੇ ਇੰਡੀਆ ਤੇਰੀ ਉਡੀਕ ਵਿੱਚ ਸਾਡਾ ਵੀ ਰੈਜੀਟਾ ਬੈਠਾ ਕਰਨ ਓਜਲਾ ਤੇ ਫੈਰਿੰਗ ਦੀ ਗੱਲ ਉਡਣ ਤੋਂ ਬਾਅਦ ਕਰਨ ਓਜਲਾ ਤੇ ਫੈਨਸ ਨੂੰ ਕਰਨ ਓਜਲਾ ਦੀ ਕਾਫੀ ਫਿਕਰ ਹੋ ਰਹੀ ਸੀ ਹਾਲਾਂਕਿ ਅਸਵੇਰੇ ਕਰਨ ਓਜਲਾ ਇੱਕ ਪੋਸਟ ਪਾ ਕੇ ਆਪਣੀ ਰਾਜੀ ਖੁਸ਼ੀ ਦੀ ਖਬਰ ਸਾਂਝੀ ਕਰਦੇ ਨੇ ਉਹ ਲਿਖਦੇ ਨੇ ਕਿ ਮੈਂ ਆਪਣੇ ਫੈਨਸ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਬਿਲਕੁਲ ਠੀਕ ਹਾਂ ਤੇ ਮੇਰੇ ਉੱਪਰ ਚੱਲੀ ਗੋਲੀਆਂ ਦੀ ਖਬਰ ਬਿਲਕੁਲ ਝੂਠੀ ਹੈ ਐਦਾਂ ਦਾ ਕੁਝ ਨਹੀਂ ਹੋਇਆ ਲਵ ਯੂ 올 ਸੋ ਸਾਥਸੰਗ ਜੀ ਤੁਹਾਨੂੰ ਜੇ ਵੀਡੀਓ ਚੰਗੀ ਲੱਗੇ ਹੋਏ ਤੇ ਸੜੂ ਨੂੰ ਲਾਈਕ ਕਰ ਦਿਓ ਅਏ ਤੁਹਾਡੇ ਆਪਣੇ ਖਾਲਸਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਈ ਜੂ ਖਾਲਸਾ ਸ਼ਿਰਵਾਇਕ